ਕੋਈ ਡਾਰਕ ਨੇਮ ਤੋਂ ਆਈ ਡੀ ਬਣੀ ਹੋਈ ਹੈ, ਕੋਈ ਪ੍ਰੋਪਰ ਨਾਮ ਨਹੀਂ ਹੈਗਾ। ਸੋ ਉਹਨਾਂ ਨੇ ਦੋ ਸਵਾਲ ਪੁੱਛੇ ਆ। ਪਹਿਲਾ ਸਵਾਲ ਉਹਨਾਂ ਦਾ ਇਹ ਹੈ ਕਿ ਮੇਰੀ ਮੋਮ ਦੀ ਉਮਰ 52 ਸਾਲ ਹੈ ਅਤੇ ਉਹਨਾਂ ਨੂੰ ਬਿਨਾਂ ਕਿਸੇ ਗੱਲ ਤੋਂ ਛੋਟੀ ਛੋਟੀ ਗੱਲ ਨੂੰ ਲੈ ਕੇ ਟੈਨਸ਼ਨ ਹੋਣ ਲੱਗ ਜਾਂਦੀ ਹੈ ਅਤੇ ਉਹ ਕਹਿੰਦੇ ਆ ਕਿ ਕਈ ਵਾਰ ਉਹ ਗੱਲ ਨੂੰ ਭੁੱਲ ਵੀ ਜਾਂਦੇ ਆ। ਕੀ ਹੋ ਸਕਦਾ ਇਹ ਡਾਰਕ ਨੇਮ? ਕੋਈ ਗੋਸਟ ਤੇ ਨਹੀਂ ਹੈ? ਕੁਛ ਹੋ ਸਕਦਾ, ਕਿਸੇ ਗੋਸਟ ਦੀ ਮੰਮੀ ਨੂੰ ਇਹ ਪ੍ਰੋਬਲਮ ਹੁੰਦੀ ਜਿਨ੍ਹਾਂ ਨੂੰ ਵੀ ਟੈਨਸ਼ਨ ਹੁੰਦੀ। ਜੀ ਬਿਲਕੁਲ ਹੋ ਸਕਦੀ ਹੈ। ਡਾਰਕ ਨਾਮ ਤੋਂ ਜੋ ਕੋਈ ਸੁਣ ਰਿਹਾ ਹੈਗਾ ਜ਼ਰੂਰ ਸਾਨੂੰ ਦੱਸਿਓ ਕਿ ਡਾਰਕ ਨਾਮ ਤੇ ਆਈਡੀ ਕਿਉਂ ਬਣਾਈ ਆ, ਡਾਰਕ ਨੇਮ ਲਿਖਿਆ। ਹਾਂਜੀ, ਲੋਕ ਕ੍ਰੀਏਟਿਵ ਹੈ, ਨਵੇਂ ਤੋਂ ਨਵਾਂ ਕੁਛ ਨਾ ਕੁਛ ਕੱਢ ਕੇ। ਅੱਛਾ, ਇਹਨਾਂ ਦੀ ਮੋਮ ਦੀ ਏਜ ਹੈ 52। ਜਿਹੜੀ ਹੈ ਨਾ ਸਟ੍ਰੈਸ ਔਰ ਡਿਪਰੈਸ਼ਨ ਔਰ ਐਂਗਜ਼ਾਇਟੀ, ਇਹ ਤਾਂ ਕਿਸੇ ਨੂੰ ਵੀ ਹੋ ਸਕਦੀ ਹੈ। ਮੇਰੇ ਕੋਲ ਬੇਸ਼ੁਮਾਰ ਪੇਸ਼ੈਂਟ ਨੇ ਜਿਨ੍ਹਾਂ ਦੀ ਏਜ 15 ਹੈ, 18 ਹੈ, 20 ਹੈ, 22 ਹੈ, ਉਹਨਾਂ ਨੂੰ ਬਾਈਪੋਲਰ ਹੈ, ਐਂਗਜ਼ਾਇਟੀ ਹੈ, ਉਹਨਾਂ ਨੂੰ ਸਟ੍ਰੈਸ ਹੈ, ਕਈਆਂ ਨੂੰ ਡਿਪਰੈਸ਼ਨ ਹੈ, ਕਈਆਂ ਨੂੰ ਸ਼ਿਜ਼ੋਫਰੀਨੀਆ ਹੈ, ਇਸ ਤਰ੍ਹਾਂ ਦੇ ਬੇਸ਼ੁਮਾਰ ਪੇਸ਼ੈਂਟ ਹੈ ਮੇਰੇ ਕੋਲ। ਇਹਦੇ 'ਚ 52 ਦਾ ਕੋਈ ਤਾਲਕ ਨਹੀਂ ਹੈ, ਕਿਸੇ ਵਕਤ ਵੀ ਹੋ ਸਕਦਾ। ਜਿਹੜੀ ਐਂਗਜ਼ਾਇਟੀ ਔਰ ਡਿਪਰੈਸ਼ਨ ਹੈ ਨਾ, ਇਹ ਲੀਡਿੰਗ ਕਾਜ਼ ਹੈ ਡੈਮੈਂਸ਼ੀਆ ਦੀ, ਅਲਜ਼ਾਈਮਰ ਲੀਡਿੰਗ ਕਾਜ਼ ਹੈ ਡੈਮੈਂਸ਼ੀਆ ਦੀ। ਅਗਰ ਤਾਂ ਉਹਨਾਂ ਨੂੰ ਨਾਮ ਵੀ ਭੁੱਲਣੇ ਸ਼ੁਰੂ ਹੋ ਗਏ ਨੇ, ਚੀਜ਼ਾਂ ਭੁੱਲਣੀਆਂ ਸ਼ੁਰੂ ਹੋ ਗਈਆਂ, ਤਾਂ ਫਿਰ ਉਹ ਅਲਜ਼ਾਈਮਰ ਵੱਲ ਸਲੋਲੀ ਸਲੋਲੀ ਜਾ ਰਹੇ ਨੇ। ਉਹਨਾਂ ਨੂੰ ਹੁਣੇ ਹੀ ਕੰਟਰੋਲ ਕਰ ਲਓ, ਚੈੱਕ ਕਰੋ ਉਹ ਉਹਨਾਂ ਦੀ ਫੂਡ ਕੀ ਹੈ, ਉਹਨਾਂ ਦੇ ਮਿਨਰਲ ਸਾਰੇ ਚੈੱਕ ਕਰਾਓ, ਪਹਿਲੇ ਤਾਂ ਵਾਈਟਾਮਿਨ ਸਾਰੇ ਚੈੱਕ ਕਰਾਓ, ਕਿਹੜਾ ਵਾਈਟਾਮਿਨ ਲੋ ਹੈ, ਡੀ ਲੋ ਹੈ, ਸੀ ਲੋ ਹੈ, ਯੂਜਲੀ ਇਹ ਏ ਵਾਈਟਾਮਿਨ ਏ ਲੋ ਹੁੰਦਾ ਅਤੇ ਡੀ ਲੋ ਹੁੰਦਾ, ਕੈਲਸ਼ੀਅਮ ਵੀ ਲੋ ਹੋ ਸਕਦੀ ਹੈ, ਕੇ ਵੀ ਲੋ ਹੋ ਸਕਦਾ, ਮੈਗਨੀਸ਼ੀਅਮ, ਜ਼ਿੰਕ, ਕੋਈ ਵੀ ਵਾਈਟਾਮਿਨ ਲੋ ਹੋ ਸਕਦਾ। ਜਿਹੜਾ ਵਾਈਟਾਮਿਨ ਲੋ ਹੈ ਉਹ ਹਰਬਲ ਵਾਈਟਾਮਿਨ ਲੈ ਕੇ ਉਹ ਵਾਲਾ ਖਾਣਾ ਸ਼ੁਰੂ ਕਰ ਦਿਆ। ਮਲਟੀ ਵਾਈਟਾਮਿਨ ਨਹੀਂ ਮੈਂ ਕਹਿ ਰਿਹਾ, ਉਹ ਵਾਲਾ ਵਾਈਟਾਮਿਨ ਜਿਹੜਾ ਲੋ ਹੈ, ਜੇ 4 ਨੇ ਲੋ ਤਾਂ ਉਹ 4 ਹੀ ਲੈਣ, ਜੇ 8 ਨੇ ਲੋ ਤਾਂ ਉਹ 8 ਹੀ ਲੈਣ, 9 ਨਾ ਲੈਣ, ਕਿਉਂਕਿ 9 ਉਹਨਾਂ ਦਾ ਲੋ ਹੈ ਹੀ ਨਹੀਂ, ਉਹ ਯੂਰਨ ਦੇ ਜ਼ਰੀਏ ਬਾਹਰ ਪਾਸ ਆਊਟ ਹੋ ਜਾਏਗਾ, ਪਹਿਲਾ ਸਟੈਪ ਤਾਂ ਇਹ। ਦੂਸਰਾ ਸਟੈਪ, ਜਦੋਂ ਤੁਸੀਂ ਵਾਈਟਾਮਿਨ ਲੈਣਾ ਨਾ, ਤਾਂ ਆਪਣੇ ਸਟਮਕ ਦਾ ਬਹੁਤ ਖਿਆਲ ਰੱਖਣਾ, ਕਿਉਂਕਿ ਗੋਲੀ ਨੇ ਸਟਮਕ ਦੇ ਅੰਦਰ ਹੀ ਜਾਣਾ, ਅਤੇ ਅਗਰ ਸਟਮਕ ਅੱਛਾ ਨਹੀਂ ਹੈ ਤਾਂ ਡਾਈਜੈਸਟ ਨਹੀਂ ਕਰੇਗੀ, ਅਗਰ ਸਟਮਕ ਡਾਈਜੈਸਟ ਨਹੀਂ ਕਰੇਗਾ ਤਾਂ ਉਹ ਗੋਲੀ ਜ਼ਾਇਆ ਹੋ ਜਾਏਗੀ, ਉਲਟਾ ਸਟਮਕ 'ਚ ਬਲਜਿੰਗ ਹੋਏਗੀ, ਐਸਿਡਿਟੀ ਹੋਏਗੀ, ਰਿਫਲੈਕਸ ਹੋ ਸਕਦਾ, ਗੈਸ ਹੋ ਸਕਦੀ, ਕੁਛ ਵੀ ਹੋ ਸਕਦਾ, ਅਤੇ ਇਨਡਾਈਜੈਸ਼ਨ ਦੇ ਅਸਰਾਂ ਤੋਂ ਬਚਣ ਲਈ ਨਾਲ ਸਟਮਕ ਨੂੰ ਵੀ ਠੀਕ ਰੱਖਣਾ। ਜਿੰਨੀਆਂ ਵੀ ਗੋਲੀਆਂ ਜਾਣਾ ਤਾਂ ਉਹਨਾਂ ਨੇ ਸਟਮਕ ਹੀ ਹੈ ਨਾ। ਉਸ ਤੋਂ ਬਾਅਦ ਸਟਮਕ ਨੂੰ ਠੀਕ ਰੱਖਣ ਦਾ ਤਰੀਕਾ ਤੁਹਾਨੂੰ ਦੱਸਿਆ ਹੋਇਆ ਕਿ ਪਾਣੀ ਪੂਰਾ ਪੀਓ, 3.5 ਲੀਟਰ ਇੱਕ ਐਵਰੇਜ ਆਦਮੀ ਨੂੰ ਪਾਣੀ ਪੀਣਾ ਚਾਹੀਦਾ। ਫਿਰ ਜਿਹੜਾ ਬੰਦੇ ਦਾ ਪਾਣੀ ਪੂਰਾ ਨਹੀਂ ਹੈ, ਉਹਦੇ ਵੀ ਡੀਹਾਈਡਰੇਸ਼ਨ ਦੀ ਵਜ੍ਹਾ ਤੋਂ ਡਿਪਰੈਸ਼ਨ ਹੋ ਸਕਦਾ, ਸਟ੍ਰੈਸ ਹੋ ਸਕਦਾ, ਐਂਗਜ਼ਾਇਟੀ ਹੋ ਸਕਦੀ। ਅਗਰ ਦੇਖੋ ਉਹਨਾਂ ਦੀ ਸਕਿੰਨ ਡਰਾਈ ਫੀਲ ਹੁੰਦੀ ਹੈ, ਤੁਹਾਨੂੰ ਲੱਗਦਾ ਕਿ ਸਕਿੰਨ ਖੁਸ਼ਕ ਖੁਸ਼ਕ ਹੈ, ਡਰਾਈ ਡਰਾਈ ਹੈ, ਫਿਰ ਉਹਨਾਂ ਦਾ ਡੈਫੀਨੇਟਲੀ ਪਾਣੀ ਘੱਟ ਹੈ ਅਤੇ ਡੀਹਾਈਡਰੇਟ ਹੋਇਆ ਹੋਇਆ ਪਿਆ। ਫਿਰ ਉਹਨਾਂ ਦਾ ਦੇਖੋ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਤਾਂ ਨਹੀਂ ਹਾਈ ਹੁੰਦਾ। ਇਹ ਸਾਰੀਆਂ ਚੀਜ਼ਾਂ ਦੇਖੋ ਨਾ, ਇੱਕ ਡਾਕਟਰ ਕੋਲ ਜਾਣ ਦਾ ਇਹੀ ਮਕਸਦ ਹੁੰਦਾ ਕਿ ਡਾਕਟਰ ਮਾਈਨਿਊਟਲੀ ਉਹਦਾ ਇੱਕ ਇੱਕ ਕੁਐਸਚਨ ਕਰ ਲੈਂਦਾ ਕਿ ਕਿੱਥੇ ਮੈਂ ਪਕੜਨਾ ਇਹਨਾਂ ਦੀ ਡਿਪਰੈਸ਼ਨ ਨੂੰ, ਕਿੱਥੇ ਇਹਨਾਂ ਦੀ ਐਂਗਜ਼ਾਇਟੀ ਹੈ ਜਿਹਨੂੰ ਮੈਂ ਬਾਹਰ ਕੱਢ ਕੇ ਉਸ ਚੀਜ਼ ਨੂੰ ਠੀਕ ਕਰਾਂ ਅਤੇ ਐਂਗਜ਼ਾਇਟੀ ਬਾਹਰ ਚਲੀ ਜਾਏ। ਅਗਰ ਬਲੱਡ ਪ੍ਰੈਸ਼ਰ ਹੈ ਵੇ ਤਾਂ ਓਬਵੀਅਸਲੀ ਬਲੱਡ ਪ੍ਰੈਸ਼ਰ ਜਾਂ ਉਹਨਾਂ ਦਾ ਹਾਈ ਹੈ ਅਤੇ ਜਾਂ ਲੋਅ ਰਹਿੰਦਾ, ਗੋਲੀ ਸਹੀ ਕੰਮ ਨਹੀਂ ਕਰ ਰਹੀ। ਅਗਰ ਬਲੱਡ ਪ੍ਰੈਸ਼ਰ ਨਹੀਂ ਹੈ, ਫਿਰ ਉਹਨਾਂ ਨੂੰ 1 ਚਮਚ ਓਲਿਵ ਆਇਲ ਦੇਣਾ ਸ਼ੁਰੂ ਕਰ ਦਿਓ ਰਾਤ ਨੂੰ ਖਾਣੇ ਤੋਂ ਫੌਰਨ ਬਾਅਦ। ਉਹਦੇ ਨਾਲ ਵੀ ਬ੍ਰੇਨ ਹਾਈਡਰੇਟ ਹੋਏਗਾ, ਡਰਾਈਨੈਸ ਖਤਮ ਹੋਏਗੀ, ਕੰਨਾਂ ਦੀ ਡਰਾਈਨੈਸ ਖਤਮ ਹੋਏਗੀ, ਸਕਿਨ ਦੀ ਡਰਾਈਨੈਸ ਖਤਮ ਹੋਏਗੀ, ਅਤੇ ਇਹ ਤਾਂ ਹੋ ਗਈ ਮੋਟੀਆਂ ਮੋਟੀਆਂ ਗੱਲਾਂ। ਹੁਣ ਆ ਜਾਓ ਉਹਨਾਂ ਦੇ ਡਿਪਰੈਸ਼ਨ ਦੀ ਦਵਾਈ ਵੱਲ।
ਉਹਨਾਂ ਦੇ ਡਿਪਰੈਸ਼ਨ ਦੀ ਜਿਹੜੀ ਸਭ ਤੋਂ ਦੀ ਬੈਸਟ ਦਵਾਈ ਹੈ ਨਾ ਉਹ ਹੈ R184। ਅਗਰ R184 ਤੁਹਾਨੂੰ ਮਿਲ ਜਾਏ ਤਾਂ ਇਹਦੇ 5 ਡਰੋਪਸ ਉਹਨਾਂ ਨੂੰ 3 ਵਾਰੀ ਦਿਨ 'ਚ ਦੇਣੇ ਸ਼ੁਰੂ ਕਰ ਦਿਓ। ਅਗਰ R184 ਨਹੀਂ ਮਿਲਦੀ ਤਾਂ ਫਿਰ ਤੁਸੀਂ ਉਹਦਾ ਫਾਰਮੂਲਾ ਨੋਟ ਕਰ ਲਓ, ਇਕੱਲੀਆਂ ਇਕੱਲੀਆਂ ਦਵਾਈਆਂ ਲੈ ਕੇ ਅਤੇ ਉਹਨਾਂ ਨੂੰ ਮਿਕਸ ਕਰਕੇ ਅਤੇ ਆਪਣਾ ਫਾਰਮੂਲਾ ਬਣਾ ਲਓ। ਉਹਦੇ 'ਚ ਸਭ ਤੋਂ ਪਹਿਲੀ ਦਵਾਈ ਹੈ ਇਗਨੇਸ਼ੀਆ 8DH। ਅਗਰ 8DH ਨਾ ਮਿਲੇ ਤਾਂ ਇਗਨੇਸ਼ੀਆ 30 ਲੈ ਲਓ। ਦੂਸਰੀ ਉਹਦੇ 'ਚ ਦਵਾਈ ਹੈਗੇ ਜ਼ਿੰਕਮ ਮੈਟ। ਅਗਰ ਜ਼ਿੰਕਮ ਮੈਟ 6DH ਹੈ ਉਹ ਨਾ ਮਿਲੇ ਤਾਂ ਉਹਦੀ 30 ਲੈ ਲਓ, ਜ਼ਿੰਕਮ ਮੈਟ 30। ਤੀਸਰੀ ਦਵਾਈ ਉਹਦੇ 'ਚ ਹੈ ਕਾਲੀਫੋਸ, ਕੈਲੀਅਮ ਫੋਸਫੋਰਿਕਮ ਉਹਦਾ ਪੂਰਾ ਨਾਮ ਹੈ, ਤੁਸੀਂ ਕੈਲੀਫੋਸ ਵੀ ਕਹਿ ਸਕਦੇ ਹੋ, ਉਹ ਵੀ 6DH ਹੈ। ਅਗਰ 6DH ਨਾ ਮਿਲੇ ਤਾਂ ਉਹ ਵੀ ਪੋਟੈਂਸ਼ੀਅਲ 30 ਲੈ ਲਓ। ਇਹਨਾਂ 'ਚੋਂ ਜਿਹੜੀ 6-8 ਮਿਲ ਜੇ ਠੀਕ ਹੈ, ਜਿਹੜੀ ਨਾ ਮਿਲੇ ਉਹ 30 ਪੋਟੈਂਸੀ 'ਚ ਲੈ ਲੈਣ। ਰਿਪੀਟ ਕਰ ਦਿੰਦਾ, ਇਗਨੇਸ਼ੀਆ IGNATIA, ਜ਼ਿੰਕਮ ਮੈਟ ਔਰ ਕੈਲੀਫੋਸ, ਇਹ ਤਿੰਨੋਂ ਅਗਰ 6 ਅਤੇ 8 'ਚ ਨਾ ਮਿਲਣ ਤਾਂ ਫਿਰ ਇਹਨਾਂ ਨੂੰ 30 ਪੋਟੈਂਸੀ 'ਚ ਲੈ ਕੇ ਮਿਕਸ ਕਰ ਲਓ। ਮਿਕਸ ਕਰਕੇ ਇਹਨਾਂ ਦੇ 10 ਡਰੋਪਸ ਇਕੱਠੀਆਂ ਕਰਨ ਤੋਂ ਬਾਅਦ 10 ਡਰੋਪਸ ਸੁਬਹਾ, 10 ਦੁਪਹਿਰ ਅਤੇ 10 ਸ਼ਾਮ ਲੈਣੇ ਸ਼ੁਰੂ ਕਰ ਦਿਓ। ਅਗਰ ਉਹਨਾਂ ਨੂੰ ਭੁੱਲਣ ਦੀ ਵੀ ਮਰਜ਼ ਐਡਅਪ ਹੋ ਗਈ ਹੈ ਨਾਲ, ਫਿਰ ਇੱਕ ਦਵਾਈ ਹੈ ਐਨਾ ਕਾਰਡੀਅਮ। ਐਨਾ ਯਾਦ ਰਹੇਗਾ ਨਾ, ਨੈਨਾ ਤੋਂ ਐਨਾ, ਤੇਰੇ ਨੈਨਾ ਨਹੀਂ ਤਾਂ ਬੈਕ ਕਰਕੇ ਵੀਡੀਓ ਸਾਡੀ ਦੁਬਾਰਾ ਦੇਖ ਸਕਦੇ। ਐਨਾ ਕਾਰਡੀਅਮ 200, ਉਹਦੇ 5 ਡਰੋਪਸ ਇੱਕ ਦਫ਼ਾ ਰੋਜ਼ਾਨਾ ਲੈ ਲਿਆ ਕਰੋ ਸੁਬਹਾ ਸੁਬਹਾ, ਔਰ ਜਿਹੜੀਆਂ ਬੇਸਿਕ ਗੱਲਾਂ ਦੱਸੀਆਂ ਉਹਨਾਂ ਨੂੰ ਠੀਕ ਕਰਨ, ਨਾਲ ਇਹ ਦਵਾਈ ਐਡ ਕਰ ਲੈਣ। ਦੇਖੋ ਇਹਨਾਂ ਦੀਆਂ ਦੁਆਵਾਂ ਕਿਵੇਂ ਆਉਂਦੀਆਂ ਸਨ। ਬਿਲਕੁਲ, ਸੋ ਪੈਨ ਐਂਡ ਪੇਪਰ ਤੁਸੀਂ ਆਪਣੇ ਹੱਥ 'ਚ ਰੱਖੋ ਅਤੇ ਤੁਸੀਂ ਨੋਟ ਕਰ ਸਕਦੇ ਹੈਗੇ ਆ, ਕਿਉਂਕਿ ਇਹ ਫਾਰਮੂਲਾ ਮੇ ਬੀ ਕਿਸੇ ਹੋਰ ਦੇ ਲਈ ਵੀ ਹੋ ਸਕਦਾ ਜਿਹਨਾਂ ਦੀ ਉਮਰ ਇੱਦਾਂ ਦੀ ਹੈਗੀ ਹੈ। ਸੋ ਬਾਕੀ ਤੁਹਾਡੇ ਨਾਲ ਕੰਟੈਕਟ ਕਰੋ। ਅੱਜ ਕੱਲ੍ਹ ਤੇ ਅਰਸ਼ 70% ਲੋਕਾਂ ਨੂੰ ਡਿਮੈਂਸ਼ੀਆ ਹੈਗਾ, ਜਾਂ ਸਟ੍ਰੈਸ ਹੈ, ਜਾਂ ਐਂਗਜ਼ਾਇਟੀ ਹੈ, ਜਾਂ ਡਿਪਰੈਸ਼ਨ ਹੈ, ਕਿਸੇ ਨਾ ਕਿਸੇ ਫਾਰਮ 'ਚ ਹੈਗਾ। ਬਹੁਤ ਸਾਰੇ ਲੋਕ ਮੇਰੇ ਕੋਲ ਆਉਂਦੇ, ਇੱਕ ਹੋਰ ਆਪਾਂ ਚੱਲਦੇ ਚੱਲਦੇ ਦਵਾਈ ਭਲਾ ਕਰ ਦਈਏ ਦੱਸਦੀ ਹੈ, ਉਹ ਜਿਹੜੇ ਲੋਕ ਜ਼ਿਆਦਾ ਆਉਂਦੇ ਨੇ ਮੈਂ ਫਿਰ ਉਹ ਦਵਾਈ ਕੋਸ਼ਿਸ਼ ਕਰਦਾ ਕਿ ਇੱਥੇ ਦੱਸਦਿਆਂ, ਤਾਂ ਕਿ ਉਹ ਉਹਨਾਂ ਨੂੰ ਡਾਕਟਰਾਂ ਦੇ ਧੱਕੇ ਨਾ ਖਾਣੇ ਪੈਣ। ਇੱਕ ਚੀਜ਼ ਦੇ ਮੇਰੇ ਕੋਲ ਅੱਜ ਕੱਲ੍ਹ ਬਹੁਤ ਪੇਸ਼ੈਂਟ ਆ ਰਹੇ ਨੇ, ਜਿਹੜੀ ਵੀ ਲੇਡੀ ਆਉਂਦੀ ਹੈ ਨਾ, ਡਿਪਰੈਸ਼ਨ ਦੀ, ਐਂਗਜ਼ਾਇਟੀ ਦੀ ਮਰੀਜ਼ ਹੈ, ਜਾਂ ਘਰ 'ਚ ਉਹ ਗੁੱਸਾ ਕਰਨ ਦੀ ਆਦਤ ਹੈ, ਜਾਂ ਬੱਚਿਆਂ ਨਾਲ ਲੜਦੀ ਹੈ, ਜਾਂ ਹਸਬੈਂਡ ਨਾਲ ਲੜਦੀ, ਉਹਦੇ 'ਚ ਇੱਕ ਚੀਜ਼ ਬਹੁਤ ਜ਼ਿਆਦਾ ਕਾਮਨ ਆ ਰਹੀ ਹੈ ਅੱਜ ਕੱਲ੍ਹ, ਉਹ ਗੱਲ ਕਰਦਾ ਕਰਦਾ ਰੋਣਾ ਸ਼ੁਰੂ ਕਰ ਦਿੰਦੀ ਹੈ, ਰੋ ਪੈਂਦੀ ਹੈ। ਇਹ ਇੱਕ ਅਲਾਮਤ ਹੈ ਸਾਡੀ ਇੱਕ ਦਵਾਈ ਦੀ, ਜਿਹੜਾ ਬੰਦਾ ਜਾਂ ਬੁੱਢੀ ਗੱਲ ਕਰਦਿਆਂ ਰੋ ਪਵੇ, ਲੇਡੀਜ਼ ਜਾਂ ਜੈਂਟਸ ਗੱਲ ਕਰਦਿਆਂ ਰੋ ਪਵੇ, ਜਾਂ ਜਿਹਨੂੰ ਛੇਤੀ ਛੇਤੀ ਜਿਹਦਾ ਰੋਣਾ ਇੱਥੇ ਰੱਖਿਆ ਹੋਵੇ, ਬਸ 1 ਮਿੰਟ ਤੋਂ ਬਾਅਦ ਅੰਸੂ ਆ ਜਾਣ, ਉਹਦੀ ਦਵਾਈ ਉਹ ਇਹਨਾਂ ਤਿੰਨਾਂ ਦਵਾਈਆਂ ਦੇ ਨਾਲ ਇਹ ਚੌਥੀ ਐਡ ਕਰ ਲਈ ਉਹਦੇ 'ਚ, ਉਹਦਾ ਨਾਮ ਹੈ ਸਟਰਾਮੋਨੀਅਮ, STRAMONIUM, ਔਰ ਇਹਦੀ ਵੀ ਪੋਟੈਂਸੀ 30 ਲੈ ਕੇ ਉਹਦੇ ਵਿੱਚ ਮਿਕਸ ਕਰ ਲੈਣ, ਅਤੇ ਇਹ ਫਿਰ ਵੀ 10 ਕਤਰੇ ਲੈਣੇ ਨੇ ਇਹ ਚੌਥੀ ਪਾ ਕੇ। ਰੋਣਾ ਤਾਂ ਮੇਰੇ ਖਿਆਲ ਦੂਸਰੀ ਤੀਸਰੀ ਡੋਜ਼ ਤੋਂ ਬਾਅਦ ਹੋ ਜਾਏਗਾ, ਇਦਾਂ ਹੱਸਣਗੇ ਬਿਲਕੁਲ, ਹੱਸਣਾ ਚਾਹੀਦਾ, ਹੱਸਣਾ ਸਿਹਤ ਦੇ ਲਈ ਜ਼ਰੂਰੀ ਹੈ।